पंजाब दे विच जिहड़ी ड्रग की समस्या है उहदा पूरा रोड मैप तैयार करके दिता गया, सख्त हदायतां कीतियां गईयां ने पुलिस डिपार्टमेंट नूं वी ते प्रशासन नूं वी कि जे कोई तुहाडे कोल शिकायत आउंदी है इमीजिएटली एक्शन लो, सख्त तो सख्त परचा पाया जावे, जिथों सप्लाई आउंदी है उत्थे तक पहुँचने की कोशिश की जावे। पर जिहड़े अडिक्टड ने ਉਹ ਤਾਂ ਮਰੀਜ਼ ਨੇ, ਉਹਨਾਂ ਤਾਂ ਅਸੀਂ ਹਸਪਤਾਲਾਂ 'ਚ ਲੈ ਕੇ ਜਾਵਾਂਗੇ। ਔਰ ਜਦੋਂ ਸਪਲਾਈ ਲੇਨ ਟੁੱਟੀ ਤਾਂ ਬਹੁਤ ਸਾਰੀ ਗਿਣਤੀ 'ਚ ਜਿਹੜੇ ਨੌਜਵਾਨ ਆਉਣਗੇ ਕਿ ਉਹਨਾਂ ਨੂੰ ਜਦੋਂ ਐਡਿਕਸ਼ਨ ਜਿਹੜੀ ਹੈ ਹੈਗੀ ਆ ਉਹਨਾਂ ਨੂੰ, ਅਤੇ ਜਦੋਂ ਉਹਨਾਂ ਨੂੰ ਕਰੇਵਿੰਗ ਹੋਈ ਤਾਂ ਉਹਦੇ ਵਾਸਤੇ ਅਸੀਂ ਪੁਖਤਾ ਪ੍ਰਬੰਧ ਕਰ ਲਏ ਗਏ ਨੇ। ਪਹਿਲਾਂ 208 ਓਟ ਕਲੀਨਿਕ ਸੀ, ਅਸੀਂ ਉਹਨੂੰ 1000 'ਤੇ ਲੈ ਕੇ ਜਾ ਰਹੇ ਹਾਂ। ਹੁਣ लगभग 750 तो हो चुके ने, 1000 ते लेके जा रहे ताकि उन्होंने असी बाद दे विच साइकैट्रिस्ट कोल ले जाके उन्हां दी काउंसलिंग करा के उन्होंने वापस सिस्टम दे विच लिआंदा जाऊगा। तो एक होर भी फैसला होया गंभीर कि जिहड़े इस ड्रग की अलामत चो निकल आए मुंडे जिहड़े छड आए ने ਉਹਨਾਂ ਨੂੰ ਦੀ ਵੀ ਮਦਦ ਲਈ ਜਾਊਗੀ ਕਿ ਉਹ ਉਹਨਾਂ ਨਾਲ ਕਾਉਂਸਲਿੰਗ ਕਰਨ ਕਿ ਅਸੀਂ ਵੀ ਤੁਹਾਡੇ ਵਾਲੀ ਹਾਲਤ 'ਚ ਚਲੇ ਗਏ ਸੀ, ਘਰ ਦੇ ਬਹੁਤ ਪਰੇਸ਼ਾਨ ਰਹਿਣ ਲੱਗ ਗਏ ਸੀ, ਅਸੀਂ ਇੰਨਾ ਵੇਚ ਘਰ ਦਾ ਸਮਾਨ ਵੀ ਵੇਚਤਾ, ਪਰ ਅਸੀਂ ਹੌਲੀ ਹੌਲੀ ਜਦੋਂ ਸੋਚਿਆ ਕਿ ਆਪਣੀ ਤਾਂ ਜ਼ਿੰਦਗੀ ਇੱਕੋ ਹੀ ਜ਼ਿੰਦਗੀ ਮਿਲਦੀ ਹੈ ਤਾਂ ਇਹਨੂੰ ਜ਼ਿੰਦਗੀ ਨੂੰ ਆਪਾਂ ਐਂ ਬਰਬਾਦ ਨਾ ਕਰੀਏ, ਤਾਂ ਉਹ ਜਿਹੜੀਆਂ ਗੱਲਾਂ ਦੱਸਣਗੇ ਜਿਨ੍ਹਾਂ ਨੇ ਪਿੰਡੇ 'ਤੇ ਹੰਢਾਈਆਂ ਨੇ ਉਹਨਾਂ ਦੀ ਗੱਲ ਨੂੰ ਜ਼ਿਆਦਾ ਮੰਨਣਗੇ। ਸੋ ਅਸੀਂ ਉਹਨਾਂ ਨੂੰ ਵੀ ਬਤੌਰ ਐਂ ਨਹੀਂ ਹੈਗਾ ਕਿ ਉਹਨਾਂ ਨੂੰ ਫਰੀ ਰੱਖਾਂਗੇ, ਅਸੀਂ ਉਹਨਾਂ ਨੂੰ ਹਾਇਰ ਕਰਾਂਗੇ ਕਿ ਤੁਸੀਂ ਮੋਟੀਵੇਟ ਕਰੋ ਕਿ ਤੁਸੀਂ ਆਪ ਇਸ ਬਿਮਾਰੀ ਦਾ ਸ਼ਿਕਾਰ ਰਹੇ ਹੋ ਅਤੇ ਕਿਵੇਂ ਤੁਸੀਂ ਛੱਡੀ, ਤੁਸੀਂ ਆਪਣੇ ਐਕਸਪੀਰੀਅੰਸ ਸਾਂਝੇ ਕਰੋ। ਸੋ ਬਹੁਤ ਸੱਚੇ ਦਿਲੋਂ ਬਹੁਤ ਸਿੰਸੀਅਰਲੀ ਜਿਹੜੀ ਪੰਜਾਬ ਗੌਰਮੈਂਟ ਹੈ ਉਹ ਇਸ ਮਾਮਲੇ 'ਤੇ ਲੱਗੀ ਹੈ, ਅਸੀਂ ਚੋਣਾਂ ਵੇਲੇ ਗਰੰਟੀ ਵੀ ਦਿੱਤੀ ਸੀ ਇਹ, ਅਤੇ ਇਹਦੇ ਵਿੱਚ 3-4 ਪੜਾਅ ਨੇ ਕਿ ਉਹਨਾਂ ਨੂੰ ਮੈਡੀਕਲੀ ਸਹਾਇਤਾ, ਫਿਰ ਉਹਨਾਂ ਦੀ ਕਾਉਂਸਲਿੰਗ, ਫਿਰ ਉਹਨਾਂ ਨੂੰ ਕੰਮ 'ਤੇ ਲਾਉਣਾ, ਬਾਅਦ 'ਚ ਉਹਨਾਂ ਦੀ ਟਰੈਕਿੰਗ ਵੀ ਕਰਨੀ ਹੈ। ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਤੋਂ ਨਸ਼ਾ ਛੁਡਾ ਕੇ ਕਾਉਂਸਲਿੰਗ ਕਰਕੇ ਉਹਨੂੰ ਛੱਡਤਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਆ ਜੂਗਾ ਉੱਥੇ ਉਹ। ਸੋ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ 'ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਮਨ ਜਿਹੜਾ ਹੈ ਉਹ ਕੰਮ ਵੱਲ ਲੱਗੇ, ਇੱਧਰ ਉੱਧਰ ਨਾ ਭਟਕੇ, ਅਤੇ ਉਹਨਾਂ ਨੂੰ ਇਹ ਵੀ ਲੱਗੇ ਕਿ ਸਾਨੂੰ ਸਿਸਟਮ ਸਪੋਰਟ ਕਰ ਰਿਹਾ, ਸਾਨੂੰ ਸਿਸਟਮ ਵਾਪਸ ਸਾਡੀ ਖੁਸ਼ਹਾਲ ਜ਼ਿੰਦਗੀ ਜਿਉਣ ਵਾਸਤੇ ਸਾਡੀ ਹੈਲਪ ਕਰ ਰਿਹਾ। ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਸਾਡੇ ਘਰੇ ਕੋਈ ਲਾਂਭਾ ਆਊਗਾ ਜਾਂ ਸਾਨੂੰ ਕੋਈ ਕਿਸੇ ਕਿਸਮ ਦੀ ਸੋਸ਼ਲ ਸਟਿਗਮੇ ਦੀ ਸਾਹਮਣਾ ਕਰਨਾ ਪਊਗਾ। ਸੋ ਸਖਤ ਹਦਾਇਤਾਂ ਅੱਜ ਸਾਰੇ ਪੁਲਿਸ ਡਿਪਾਰਟਮੈਂਟ ਨੂੰ, ਡੀ ਸੀ ਡਿਪਾਰਟਮੈਂਟ ਨੂੰ ਨੇ ਕਿ STF ਅਤੇ ਪੁਲਿਸ ਡਿਪਾਰਟਮੈਂਟ ਤਾਲਮੇਲ ਨਾਲ ਇੱਕ ਟੀਮ ਬਣ ਕੇ ਕੰਮ ਕਰੇ। ਜੇ STF ਨੇ ਕੋਈ ਬੰਦਾ ਫੜਿਆ ਤਾਂ ਇਮੀਜੀਏਟਲੀ ਪਰਚਾ ਜਿਹੜਾ ਹੈ ਉਹ ਚਾਹੇ ASI ਚਾਹੇ ਜੋ ਵੀ ਅਧਿਕਾਰੀ ਆ ਉਹ ਇਮੀਜੀਏਟਲੀ ਪਰਚਾ ਦਿਓ ਅਤੇ ਉਹਨੂੰ ਥਾਣੇ ਆਪਣਾ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨੂੰ ਸਜ਼ਾ ਦਵਾਈਏ। ਸੋ ਇਹ ਅੱਜ ਦੀ ਜਿਹੜੀ ਹੈ ਮੀਟਿੰਗ ਦਾ ਏਜੰਡਾ ਸੀਗਾ। ਅਤੇ ਸਾਰੀ ਪੁਲਿਸ ਨੇ ਵੀ ਇਹ ਕਿਹਾ ਕਿ ਅਸੀਂ ਸਹਿਯੋਗ ਕਰਾਂਗੇ, ਨਾਲ ਅਸੀਂ ਇਹ ਵੀ ਕਿਹਾ ਕਿ ਜੇ ਕਿਸੇ ਦੇ ਥਾਣੇ 'ਚ ਨਸ਼ਾ ਵਿਕਦਾ ਹੈ ਜਾਂ ਨਸ਼ੇ ਦੀਆਂ ਜ਼ਿਆਦਾ ਘਟਨਾਵਾਂ ਹੁੰਦੀਆਂ ਨੇ ਤਾਂ SSP ਨੂੰ ਉਸ ਥਾਣੇ ਦੇ ਇੰਚਾਰਜ ਨੂੰ ਅਸੀਂ ਅਕਾਊਂਟੇਬਲ ਮੰਨਾਂਗੇ।